हाँ जी, वेरी गुड इवनिंग स्टूडेंट्स, सत श्री अकाल सारिआं नूं। स्पैशली पंजाब एक्साइज इंस्पैक्टर की तैयारी करने वाले वो बच्चे जिहड़े कि न्यू सिलेबस नूं लैके बहुत डरे हुए हैं, समझ नहीं आ रहा की करिए। तो बेटा असीं तुहाडी हैल्प करने वास्ते एक मुहिम चलाने लगे हैं, तुसीं मिलकर साथ देना, मैं तो तुहाडे वास्ते ही है। तुसीं देखो जिहड़ा नवां सिलेबस ऐड होया टैक्सेशन ते इंडस्ट्रियल प्रमोशन एंड डिवेलपमेंट का, ये 20 नंबर का सिलेबस हो गया टैक्सेशन का, 20 नंबर हो गया इंडस्ट्रियल प्रमोशन एंड डिवेलपमेंट का, ये 40 नंबर बिल्कुल नवे हैगे। तो ये सारिया चीज़ा जिहड़ियां है आर्ट्स ते साइंस स्टूडेंट्स वास्ते काफ़ी डिफिकल्ट है, क्योंकि उन्होंने बेसिक सारिया चीज़ा इन्होंने नहीं कीतियां। हुण असीं कितों कोचिंग लै भी लवेंगे, नोट्स लै भी लवेंगे, रट्टा मार भी लवेंगे, लेकिन पेपर च उन नोट्स तो चाहे वो ब्राइट अकैडमी तो लै रहे हो या तुसीं किसी होर इंस्टीट्यूट तो लै रहे हो, उन्होंने नोट्सों तो रट्टा मारन तो बाद अगर बाहरों कोई क्वेश्चन आ जाऊगा तो आर्ट्स ते साइंस वाला स्टूडेंट नहीं कर पाऊगा, कमर्स वाले एडवांटेज हैगी है। तो मैनू जिहड़ा परसनली लगता, देखो इस ब्राइट अकैडमी का या बाकी इंस्टीट्यूट्स का ਤਾਂ ਨੁਕਸਾਨ ਹੈਗਾ, ਕਿਉਂਕਿ ਅਸੀਂ ਮੰਨ ਲਓ ਇਹਨਾਂ ਨੂੰ ਵੇਚ ਲੈਂਦੇ, ਲੇਕਿਨ ਲੌਂਗ ਟਰਮ ਅਗਰ ਦੇਖਿਆ ਜਾਏ ਤਾਂ ਬੱਚਿਆਂ ਦਾ ਇਹਦੇ 'ਚ ਐਡਵਾਂਟੇਜ ਹੈਗੀ ਹੈ ਜੇ ਇਹ ਸਿਲੇਬਸ ਜਿਹੜਾ ਹੈ ਹਟ ਜਾਂਦਾ ਹੈ। ਦੇਖੋ ਹੁਣ ਅਸੀਂ ਗੌਰਮੈਂਟ ਨੂੰ ਕੋਈ ਆਰਡਰ ਤਾਂ ਕਰ ਨਹੀਂ ਸਕਦੇ, ਅਸੀਂ ਸਾਰੇ ਮਿਲ ਕੇ ਜਿਹੜਾ ਨਾ ਗੌਰਮੈਂਟ ਨੂੰ ਇੱਕ ਰਿਕੁਐਸਟ ਕਰ ਸਕਦੇ ਹਾਂ। ਰਿਕੁਐਸਟ ਕਰਨ ਦਾ ਮੈਂ ਤੁਹਾਨੂੰ ਇੱਕ ਤਰੀਕਾ ਦੱਸ ਰਿਹਾ ਜੀ, ਅੱਜ ਦੇ ਵੀਡੀਓ 'ਚ ਤੁਸੀਂ ਇਹ ਵੀਡੀਓ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟਸ ਨਾਲ ਸ਼ੇਅਰ ਕਰਨਾ ਹੈ ਜਿਨ੍ਹਾਂ ਨੇ ਐਕਸਾਈਜ਼ ਇੰਸਪੈਕਟਰ ਦਾ ਪੇਪਰ ਭਰਿਆ, ਸੋ ਦੈਟ ਕਿ ਉਹ ਅਸੀਂ ਜਿਹੜੇ ਸਾਰੇ ਮਿਲ ਕੇ ਜਿਹੜੀ ਹੈ ਇੱਕ ਮੇਲ ਕਰਨਗੇ, ਮੇਲ ਕਰਾਂਗੇ ਬੇਟਾ। ਇੱਕ ਐਕਸਾਈਜ਼ ਇੰਸਪੈਕਟਰ ਜਿਹੜਾ ਤੁਸੀਂ PDF ਕੱਢੋਗੇ ਨਾ, ਜਦੋਂ ਐਡਵਰਟੀਜ਼ਮੈਂਟ ਆਈ ਸੀ ਉਹਦੇ 'ਚ ਇੱਕ ehelpdesk4@gmail.com ਹੈ। ਹੁਣ ਮੰਨ ਲਓ 25,000 ਬੱਚਿਆਂ ਨੇ ਪੇਪਰ ਭਰਿਆ ਅਤੇ ਉਸ 'ਚ 20,000 ਬੱਚੇ ਚਾਹੁੰਦੇ ਆ ਕਿ ਇਹ ਜਿਹੜਾ ਸਿਲੇਬਸ ਹੈ ਸਰ ਕਾਫੀ ਡਿਫੀਕਲਟ ਹੈ, ਕਿਉਂਕਿ ਅਗਰ ਅਸੀਂ ਇਹ ਦੋਨੋਂ ਸਬਜੈਕਟ ਦੀ ਤਿਆਰੀ ਕਰਨ ਲੱਗ ਜਾਂਗੇ ਤਾਂ ਸਾਨੂੰ ਬਾਕੀ ਸਾਰਾ 80 ਨੰਬਰ ਦਾ ਸਿਲੇਬਸ ਛੱਡਣਾ ਪੈਣਾ, ਕਿਉਂਕਿ ਇੰਟਾਇਰਲੀ ਡਿਫਰੈਂਟ ਹੈ ਔਰ ਕਾਫੀ ਜ਼ਿਆਦਾ ਵਾਸਟ ਹੈ। ਮਤਲਬ ਥੋੜ੍ਹਾ ਨਹੀਂ ਹੈਗਾ, ਮੰਨ ਲਓ GST ਹੈਗਾ ਜਾਂ ਹੋਰ ਕੋਈ ਸਿਲੇਬਸ ਹੈਗਾ, ਇੰਡਸਟਰੀਅਲ ਪਾਲਿਸੀ ਹੈ, ਕਾਫੀ ਜ਼ਿਆਦਾ ਵਾਸਟ ਹੈ। ਅਤੇ ਅਸੀਂ ਕੀ ਕਰਾਂਗੇ, ਅਸੀਂ PSSSB ਦੇ ਚੇਅਰਮੈਨ ਸਾਹਿਬ ਨੂੰ ehelpdesk4 ਮਤਲਬ ਉਹਨਾਂ ਦੀ ਜਿਹੜੀ ਆਫੀਸ਼ੀਅਲ ਮੇਲ ਹੁੰਦੀ ਹੋਏਗੀ, ਇਹ ਪਰਸਨਲ ਮੇਲ ਤੇ ਨਹੀਂ ਕਰਾਂਗੇ, ਰਿਕੁਐਸਟ ਕਰਾਂਗੇ ਇੱਕ ਈਮੇਲ ਆਈਡੀ ਲਿਖਾਂਗੇ। ਮੈਂ ਈਮੇਲ ਦਾ ਟੈਕਸਟ ਵੀ ਤੁਹਾਡੇ ਵਾਸਤੇ ਲਿਖਤਾ ਹੈ, ਅਤੇ ਇਹ ਜਿਹੜਾ ਸੇਮ ਟੈਕਸਟ ਹੈ ਮੈਂ ਤੁਹਾਨੂੰ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਜਿਹੜਾ ਸਾਰਾ ਪਾ ਦਾਂਗਾ, ਤੁਸੀਂ ਸੇਮ ਕਾਪੀ ਕਰਕੇ ਜਿਹੜਾ ਹੈ ਈਮੇਲ 'ਚ ਆਪਣੀ ਪਰਸਨਲ ਈਮੇਲ ਤੋਂ ਜਿਹੜੀ ਹੈ ਮੇਲ ਕਰਨੀ ਹੈ। ਰਿਕੁਐਸਟ ਕਰਨੀ ਹੈ ਟੂ ਦਾ ਚੇਅਰਮੈਨ PSSSB ਮੋਹਾਲੀ ਨੂੰ, ਸਬਜੈਕਟ ਲਿਖਣਾ ਤੁਸੀਂ ਈਮੇਲ 'ਚ ਰਿਪੀਲ ਰਿਕੁਐਸਟ ਫੋਰ ਨਿਊ ਸਿਲੇਬਸ ਆਫ ਐਕਸਾਈਜ਼ ਇੰਸਪੈਕਟਰ ਐਗਜ਼ਾਮ। ਅਸੀਂ ਲਿਖਾਂਗੇ ਕਿ ਰਿਕੁਐਸਟ ਕੀ ਕਰਾਂਗੇ, ਰਿਸਪੈਕਟਡ ਸਰ, ਆਈ ਐਮ ਐਨ ਐਸਪੀਰੈਂਟ ਪ੍ਰਪੇਰਿੰਗ ਫੋਰ ਪੰਜਾਬ ਐਕਸਾਈਜ਼ ਇੰਸਪੈਕਟਰ ਐਗਜ਼ਾਮ ਵਿਚ ਵਾਸ ਐਡਵਰਟਾਈਜ਼ ਬਾਈ PSSSB ਇਨ ਦਾ ਮੰਥ ਆਫ ਮਈ 2021। ਸਰ ਰੀਸੈਂਟਲੀ 2 ਨਿਊ ਯੂਨਿਟਸ ਆਫ ਟੈਕਸੇਸ਼ਨ ਐਂਡ ਇੰਡਸਟਰੀਅਲ ਪ੍ਰਮੋਸ਼ਨ ਹੈਵ ਬੀਨ ਐਡਡ ਇਨ ਦਾ ਸਿਲੇਬਸ ਬਾਈ PSSSB ਬੋਰਡ ਇਨ ਐਕਸਾਈਜ਼ ਇੰਸਪੈਕਟਰ ਐਗਜ਼ਾਮਿਨੇਸ਼ਨ। ਐਜ਼ ਐਲੀਜੀਬਿਲਟੀ ਫੋਰ ਐਕਸਾਈਜ਼ ਇੰਸਪੈਕਟਰ ਐਗਜ਼ਾਮ ਇਜ਼ ਟੂ ਬੀ ਅ ਗ੍ਰੈਜੂਏਟ ਆਫ ਐਨੀ ਸਟ੍ਰੀਮ, ਇਟ ਇਜ਼ ਵੈਰੀ ਡਿਫੀਕਲਟ ਫੋਰ ਆਰਟਸ ਐਂਡ ਸਾਇੰਸ ਸਟੂਡੈਂਟਸ ਟੂ ਪ੍ਰਪੇਅਰ ਫੋਰ ਦਿਸ ਕਾਮਰਸ ਗ੍ਰੈਜੂਏਟ ਸਟੂਡੈਂਟ ਓਰੀਐਂਟਡ ਸਿਲੇਬਸ ਇਨ ਸੱਚ ਏ ਸ਼ਾਰਟ ਸਪੈਨ ਆਫ ਟਾਈਮ। ਮੀਨ ਜਿਹੜੇ ਬੱਚੇ ਆਰਟਸ ਵਾਲੇ ਹੈ ਅਤੇ ਜਿਹੜੇ ਸਾਇੰਸ ਵਾਲੇ ਹੈ, ਟਾਈਮ ਹੁੰਦਾ ਮੰਨ ਲਓ 6 ਮਹੀਨੇ ਦਾ, ਤਾਂ ਫਿਰ ਅਸੀਂ ਤਿਆਰੀ ਕਰ ਵੀ ਲੈਂਦੇ। ਹੁਣ ਅਸੀਂ 1.5 ਮਹੀਨੇ 'ਚ ਅਸੀਂ ਇਹ ਦੋਨੋਂ ਯੂਨਿਟਸ ਨਵੇਂ ਸਿਰ ਨਾਲ ਪੜ੍ਹੀਏ ਕਿ ਅਸੀਂ ਜਿਹੜੀ ਬਾਕੀ ਪੇਪਰਾਂ ਦੀ ਤਿਆਰੀ ਵੀ ਕਰਨੀ ਹੈ, ਉਹਨਾਂ ਦਾ ਵੀ ਸੇਮ ਸਿਲੇਬਸ ਹੈ, ਤਾਂ ਕਾਈਂਡਲੀ ਜਿਹੜਾ ਇਹਨੂੰ ਜਿਹੜੀ ਹੈ, ਸੋ ਫੋਰ ਫੇਅਰ ਕੰਪੀਟੀਸ਼ਨ ਇਟਸ ਮਾਈ ਹੰਬਲ ਰਿਕੁਐਸਟ ਟੂ ਰਿਪੀਲ ਦਿਸ ਡਿਸੀਜਨ। ਮੀਨਸ ਜਿਹੜਾ ਸਿਲੇਬਸ ਜਿਹੜਾ ਇਹਨੂੰ ਰੀਕਨਸਿਡਰ ਕੀਤਾ ਜਾਏ, ਇਹਨੂੰ ਹਟਾਇਆ ਜਾਏ। ਥੈਂਕ ਯੂ ਕਰਕੇ ਉਸ ਤੋਂ ਬਾਅਦ ਤੁਸੀਂ ਆਪਣਾ ਨਾਮ ਅਤੇ ਜਿਹੜਾ ਤੁਸੀਂ ਫੋਰਮ ਭਰਿਆ ਸੀ ਉਹਦਾ ਐਪਲੀਕੇਸ਼ਨ ਨੰਬਰ ਕਰਕੇ ਇਹ ਮੇਲ ਜਿਹੜੀ ਹੈ ਡਰਾਫਟ ਕਰਕੇ ਤੁਸੀਂ ਭੇਜਣੀ ਹੈ। ਹੁਣ ਓਬਵੀਅਸਲੀ ਇਹਦੇ 'ਚ ਬ੍ਰਾਈਟ ਅਕੈਡਮੀ ਕੁਛ ਨਹੀਂ ਕਰ ਰਹੀ, ਅਸੀਂ ਤੁਹਾਨੂੰ ਸਿਰਫ ਡਾਇਰੈਕਸ਼ਨ ਦੱਸ ਰਹੇ ਹਾਂ, ਠੀਕ ਹੈ। ਅਸੀਂ ਤੁਹਾਡਾ ਹੈਲਪ ਕਰਨਾ ਚਾਹੁੰਦੇ ਹਾਂ, ਕਿਉਂਕਿ ਮੈਨੂੰ ਪਤਾ ਬੱਚੇ ਜਿਹੜੇ ਐਕਸਾਈਜ਼ ਇੰਸਪੈਕਟਰ ਦੀ ਤਿਆਰੀ ਕਰ ਰਹੇ, ਜਾਂ ਤਾਂ ਉਹਨਾਂ ਨੂੰ ਇਹ ਹੀ ਸਿਲੇਬਸ ਦੋਨਾਂ ਯੂਨਿਟਸ ਦਾ ਕਰਨਾ ਪੈਣਾ, ਬਾਕੀ ਪੇਪਰ ਸਾਰਿਆਂ ਦੀ ਤਿਆਰੀ ਛੱਡਣੀ ਪੈਣੀ ਹੈ, ਕਿਉਂਕਿ ਇਹ ਦੋਨੋਂ ਯੂਨਿਟਸ ਤੁਹਾਨੂੰ 7-8 ਘੰਟੇ ਰੋਜ਼ ਪੜੋਗੇ ਤਾਂ 2 ਮਹੀਨੇ ਤਿਆਰ ਹੋਣੇ ਹੈ, ਠੀਕ ਹੈ। ਆਈ ਹੋਪ ਤੁਸੀਂ ਸਮਝ ਰਹੇ ਹੋ ਗੱਲ ਨੂੰ। ਅਤੇ ਹੁਣ ਜੇ ਤਾਂ 200-400 ਬੱਚੇ ਜਿਹੜੇ ਹੈ ਇਹਨੂੰ ਮੇਲ ਕਰਨਗੇ, ਫਿਰ ਤਾਂ ਬੇਟਾ ਕੁਛ ਨਹੀਂ ਹੋਣਾ, ਠੀਕ ਹੈ। ਇਹ ਵੀ ਮੈਂ ਤੁਹਾਨੂੰ ਪਹਿਲੇ ਦੱਸ ਰਿਹਾ, ਫਿਰ ਕੁਛ ਨਹੀਂ ਹੋਣਾ। ਜੇ 15-20 ਹਜ਼ਾਰ ਸਟੂਡੈਂਟ ਜਿਹੜਾ ਮੇਲ ਕਰੂਗਾ, ਤਾਂ ਓਬਵੀਅਸਲੀ ਜਿਹੜਾ ਡਿਪਾਰਟਮੈਂਟ ਜ਼ਰੂਰ ਜਿਹੜਾ ਇਹਨੂੰ ਰੀਕਨਸਿਡਰ ਕਰੇਗਾ, ਅੱਗੇ ਆਪਣੇ ਆਫਿਸਰਸ ਨਾਲ ਡਿਸਕਸ ਕਰੇਗਾ ਕਿ ਹਾਂਜੀ ਸਾਰੇ ਬੱਚੇ ਓਵਰਆਲ ਜਿਹੜੇ ਹੈ ਪੰਜਾਬ ਦੇ ਚਾਹੁੰਦੇ ਹੈ, ਸਰਕਾਰ ਜ਼ਰੂਰ ਤੁਹਾਡੇ ਫੇਵਰ 'ਚ ਡਿਸੀਜਨ ਲਏਗੀ, ਅਤੇ ਠੀਕ ਹੈ। ਅਤੇ ਤੁਸੀਂ ਹੁਣ ਇਹ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਪਾ ਰਿਹਾ, ਤੁਸੀਂ ਕੱਲ੍ਹ ਹੀ ਆਪਣਾ ਜਿਹੜਾ ਹੈ ਇਹ ਮੇਲ ਕਰੋ ehelpdesk4@gmail.com। ਅਸੀਂ ਕਿਸੇ ਨੂੰ ਪਰਸਨਲੀ ਤੰਗ ਨਹੀਂ ਕਰਨਾ, ਚੇਅਰਮੈਨ ਬੈਲ ਸਾਹਿਬ ਦੀ ਵੀ ਮੇਲ ਮੇਰੇ ਕੋਲ ਸੀਗੀ, ਲੇਕਿਨ ਅਸੀਂ ਉਹਨਾਂ ਨੂੰ ਮੇਲ ਨਹੀਂ ਕਰਨੀ ਹੈ ਬੇਟਾ, ਅਸੀਂ ਆਫੀਸ਼ੀਅਲ ਮੇਲ ਕਰਨੀ ਹੈ ਉਹਨਾਂ ਨੂੰ। ਪਰਸਨਲੀ ਅਸੀਂ ਕੋਈ ਉਹਨਾਂ ਨੂੰ ਤੰਗ ਕਰਨਾ, ਐਜ਼ ਅ ਚੇਅਰਮੈਨ ਅਸੀਂ ਉਹਨਾਂ ਨੂੰ ਰਿਕੁਐਸਟ ਕਰਨੀ, ਔਰ ਅਸੀਂ ਆਰਡਰ ਨਹੀਂ ਕਰਨਾ, ਅਸੀਂ ਰਿਕੁਐਸਟ ਕਰਨੀ ਹੈ, ਠੀਕ ਹੈ। ਅਤੇ ਇਹ ਵੀਡੀਓ ਹੁਣ ਜ਼ਿਆਦਾ ਤੋਂ ਜ਼ਿਆਦਾ ਜਿਨ੍ਹਾਂ ਨੇ ਬੱਚਿਆਂ ਨੇ ਐਕਸਾਈਜ਼ ਇੰਸਪੈਕਟਰ ਦਾ ਪੇਪਰ ਭਰਿਆ, ਮੈਂ ਆਈ ਐਮ ਸੋਰੀ ਆਲਸੋ ਕਿ ਬਈ ਮੈਨੂੰ ਪਤਾ ਕਿ ਜਿਹੜੇ ਬੱਚੇ ਕਮਰਸ ਵਾਲੇ ਹੋਣੇ ਉਹ ਇਸ ਡਿਸੀਜਨ ਤੋਂ ਖੁਸ਼ ਹੋਣੇ, ਲੇਕਿਨ ਬੇਟਾ ਅਗਰ ਓਵਰਆਲ ਸੋਚਿਆ ਜਾਏ ਤਾਂ 25-30 ਹਜ਼ਾਰ ਬੱਚਿਆਂ 'ਚ ਸਿਰਫ 2-3 ਹਜ਼ਾਰ ਬੱਚਾ ਹੋਣਾ ਕਮਰਸ ਵਾਲਾ, ਬਾਕੀ ਸਾਰੇ ਇਸ ਸਿਲੇਬਸ ਨੂੰ ਲੈ ਕੇ ਦੁਖੀ ਹੈ, ਠੀਕ ਹੈ। ਇੰਸਟੀਟਿਊਟਾਂ ਦਾ ਫਾਇਦਾ ਹੈਗਾ, ਸਾਡਾ ਵੀ ਫਾਇਦਾ ਹੈ, ਬਟ ਚਲੋ ਕੋਈ ਨਹੀਂ, ਫਾਇਦਾ ਕਿਤੇ ਹੋਰ ਜਗ੍ਹਾ ਕਰਾ ਲਾਂਗੇ। ਇਹ ਕਾਈਂਡਲੀ ਇੱਕ ਵਾਰੀ ਮੈਂ ਚਾਹੁੰਦਾ ਕਿ ਇਹ ਸਿਲੇਬਸ ਜਿਹੜਾ ਹੈ ਹਟ ਜਾਏ, ਤਾਂ ਕਿ ਸਾਰਿਆਂ ਬੱਚਿਆਂ ਦਾ ਫਾਇਦਾ ਹੋ ਜਾਏ। ਅਸੀਂ ਤਾਂ ਫਿਰ ਵੀ ਟਰਾਈ ਕਰਾਂਗੇ ਵੀ 15 ਦਿਨ 'ਚ ਸਾਰੇ ਨੋਟਸ ਅਸੀਂ ਫਿਰ ਵੀ ਬਣਾਵਾਂਗੇ, ਕਿਉਂਕਿ ਇਹ ਥੋੜ੍ਹੀ ਪਤਾ ਕਿ ਹਟਣਾ ਕਿ ਨਹੀਂ ਹਟਣਾ ਹੈ। ਅਸੀਂ ਆਪਣੇ ਸਿਲੇਬਸ 15 ਦਿਨ ਬਾਅਦ ਤੁਹਾਨੂੰ ਵੀਡੀਓ ਨੋਟਸ ਵਗੈਰਾ ਸਾਰੇ ਮਿਲ ਜਾਣਗੇ, ਅਸੀਂ ਸਾਡਾ ਕੰਮ ਪੂਰੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ। ਲੇਕਿਨ
फिलहाल तुसी इन 15 यूनिट्स से जोड़ना लाओ, ना कोई नोट्स लो, ना कोई कितने वीडियो कोर्स लो, तुसी लेना चाहते हो तुहाडा परसनल डिसीजन है, बट मैं मैनू लगता कि अगर 20-30 हज़ार बच्चा जरा मेल करेगा तो डिपार्टमेंट जरूर इनू कंसीडर करेगा। सो वीडियो में शेयर करो, थैंक यू वेरी मच, गॉड ब्लैस यू ऑल, ए आई होप कि जरा पॉजिटिव डिसीजन आऊगा, थैंक यू।